ਕੀ ਮੋਦੀ ਸਰਕਾਰ ਕੋਰੋਨਾ ਵਾਇਰਸ ਦੇ ਹਮਲੇ ਨਾਲ ਮਜ਼ਬੂਤੀ ਨਾਲ ਲੜ ਰਹੀ ਹੈ? ਹਾਲਾਂਕਿ ਮੁਲਕ ਦੀ ਜ਼ਿਆਦਾਤਰ ਜਨਤਾ ਮੋਦੀ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਨਾਲ ਇਤਫਾਕ ਰੱਖਦੀ ਹੈ ਅਤੇ ਉਸ ਤੋਂ ਸੰਤੁਸ਼ਟ ਹੈ, ਪਰ ਇਹਨਾਂ ਸੰਤੁਸ਼ਟ ਨਾਗਰਿਕਾਂ ਵਿੱਚ ਜ਼ਿਆਦਾਤਰ ਅਪਰ ਕਾਸਟ ਹਿੰਦੂ ਸ਼ਾਮਲ ਹਨ, ਜਦਕਿ ਸਿੱਖ ਅਤੇ ਮੁਸਲਿਮ ਦਰਮਿਆਨ ਇਹ ਅੰਕੜਾ ਤਸੱਲੀ ਬਖਸ਼ ਨਹੀਂ ਹੈ, ਅਤੇ ਦਲਿਤ ਸਮੇਤ ਹੋਰ ਜਾਤੀਆਂ ਵੀ ਸਰਕਾਰ ਦੇ ਕੰਮਾਂ ਬਾਰੇ ਉਸ ਮਜ਼ਬੂਤੀ ਨਾਲ ਰਾਏ ਨਹੀਂ ਰੱਖਦੀਆਂ। ਸੀ ਵੋਟਰ ਅਤੇ ਗੈਲੋਪ ਵੱਲੋਂ ਦੁਨੀਆਂ ਦੇ 21 ਕੋਰੋਨਾ ਪ੍ਰਭਾਵਿਤ ਮੁਲਕਾਂ ਵਿੱਚੋਂ ਕੀਤੇ ਸਰਵੇਖਣ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਹੈ ਕਿ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਭਾਰਤ ਦੇ ਲੋਕ ਸਭ ਤੋਂ ਵੱਧ ਸੰਤੁਸ਼ਟ ਹਨ। ਕਰਵਾਏ ਸਰਵੇਖਣ ਮੁਤਾਬਕ 58% ਭਾਰਤੀਆਂ ਦਾ ਮੰਨਣਾ ਹੈ ਕਿ ਉਹ ਪੂਰੀ ਮਜ਼ਬੂਤੀ ਨਾਲ ਇਹ ਮੰਨਦੇ ਹਨ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਗਰ ਹਨ, ਜਦਕਿ 26% ਸਿਰਫ ਸਹਿਮਤ ਹਨ। ਹਾਲਾਂਕਿ 5% ਇਹ ਨਹੀਂ ਮੰਨਦੇ ਕਿ ਸਰਕਾਰ ਇਸ ਨਾਲ ਸਹੀ ਤਰੀਕੇ ਨਾਲ ਨਜਿੱਠ ਰਹੀ ਹੈ, ਜਦਕਿ 9% ਤਾਂ ਸਖਤੀ ਨਾਲ ਕਹਿ ਰਹੇ ਹਨ ਕਿ ਸਰਕਾਰ ਇਸ ਨਾਲ ਨਜਿੱਠਣ ਚ ਨਾਕਾਮ ਹੈ। ਬਹੁਤ ਧਰਮ, ਜਾਤੀ, ਨਸਲਾਂ ਦੇ ਮਿਲਕੋਬੇ ਭਾਰਤ ਵਿੱਚ ਜਾਤੀਗਤ ਆਧਾਰ ਤੇ ਇਸ ਸਰਵੇਖਣ ਨੂੰ ਵੇਖੀਏ ਤਾਂ ਜ਼ਿਆਦਾਤਰ ਉੱਚ ਜਾਤੀ ਹਿੰਦੂ, ਮਤਲਬ ਕਰੀਬ 71.4% ਦਾ ਇਹ ਮਜ਼ਬੂਤੀ ਨਾਲ ਮੰਨਣਾ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਮੁਕੰਮਲ ਹਨ, ਤਾਂ ਦੂਜੇ ਪਾਸੇ ਸਿੱਖ ਪੂਰੀ ਮਜ਼ਬੂਤੀ ਨਾਲ ਇਸ ਦਾਅਵੇ ਨੂੰ ਨਕਾਰ ਰਹੇ ਹਨ ਕਿ ਸਰਕਾਰ ਦੀਆਂ ਇਸ ਵਾਇਰਸ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕਾਰਗਰ ਹਨ। ਕਰੀਬ 21% ਸਿੱਖ ਇਸ ਨੂੰ ਪੂਰੀ ਸ਼ਿੱਦਤ ਨਾਲ ਖਾਰਜ ਕਰ ਰਹੇ ਹਨ। ਮਜ਼ਬੂਰ ਨੇ ਸਾਨੂੰ ਸੜਕਾਂ ਤੇ ਨਿਕਲਣਾ ਪਊਗਾ। ਬੇਨਤੀ ਕਰਦੇ ਹਾਂ ਕਿ ਸਾਡੇ ਘਰਾਂ 'ਚ ਰਾਸ਼ਨ ਪਹੁੰਚਾਓ। ਦੁਕਾਨਾਂ 'ਤੇ ਜਿਹੜੀਆਂ ਦੁਕਾਨਾਂ ਬੰਦ ਆ, ਜੇ ਅਸੀਂ MC ਨੂੰ ਜਾਂ ਕਿਸੇ ਨੂੰ ਫੋਨ ਕਰਦੇ, ਉਹ ਕਹਿੰਦੇ ਤੁਸੀਂ ਭੁੱਖ ਨਾਲ ਨਹੀਂ ਮਰਦੇ, ਬਿਮਾਰੀ ਨਾਲ ਮਰੋਗੇ। ਦੱਸੋ ਬਿਮਾਰੀ, ਅਸੀਂ ਤਾਂ ਕਹਿੰਦੇ ਬਿਮਾਰੀ ਲੱਗ ਜਾਏ ਇੱਦੋਂ, ਜਦੋਂ ਭੁੱਖ ਸਾਡੇ ਬਰਦਾਸ਼ਤ ਨਹੀਂ ਹੋ ਰਹੀਗੀ, ਕਿੱਧਰ ਜਾਈਏ? ਅਸੀਂ ਭੁੱਖੇ ਮਰ ਜਾਂਗੇ, ਬੱਚਿਆਂ ਨੂੰ ਕਿੱਥੋਂ ਭੁੱਖੇ ਮਾਰ ਲਈਏ? ਇਸ ਦੇ ਨਾਲ ਹੀ 15.8% ਮੁਸਲਿਮ ਵੀ ਇਹ ਖਿਆਲਾਤ ਰੱਖਦੇ ਹਨ, ਜਦਕਿ OBC ਸਮੇਤ ਦਲਿਤ ਆਦਿਵਾਸੀ ਦੀ ਰਾਏ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਉੱਪਰ ਮੋਹਰ ਲਾਉਂਦੀ ਨਹੀਂ ਜਾਪਦੀ। ਉਮਰ ਦੇ ਲਿਹਾਜ਼ ਨਾਲ ਜੇਕਰ ਇਸ ਸਰਵੇਖਣ ਵਿੱਚ ਸਰਕਾਰ ਦੇ ਤੌਰ ਤਰੀਕਿਆਂ ਬਾਰੇ ਜਨਤਾ ਦੀ ਰਾਏ ਦੀ ਘੋਖ ਕਰੀਏ ਤਾਂ 68% ਲੋਕਾਂ 'ਚੋਂ 60 ਸਾਲ ਤੋਂ ਉੱਪਰ ਦੇ ਹਨ, ਉਹ ਸਰਕਾਰ ਦੇ ਕੋਰੋਨਾ ਖਿਲਾਫ ਲੜਨ ਲਈ ਚੁੱਕੇ ਕਦਮਾਂ ਨਾਲ ਮਜ਼ਬੂਤੀ ਨਾਲ ਇਤਫਾਕ ਰੱਖਦੇ ਹਨ, ਜਦਕਿ 45-60 ਸਾਲ ਦੀ ਉਮਰ ਦੇ ਲੋਕਾਂ 'ਚੋਂ 66.6%, 25-45 ਸਾਲ ਦੀ ਉਮਰ ਦਰਮਿਆਨ 56.4%, ਜਦਕਿ 25 ਸਾਲ ਤੋਂ ਹੇਠਾਂ ਦੀ ਉਮਰ ਦੇ 49.5% ਇਸ ਰਾਏ ਨਾਲ ਸਹਿਮਤ ਹਨ। ਜਦਕਿ ਲਿੰਗ ਦੇ ਆਧਾਰ ਤੇ ਇਸ ਸਰਵੇਖਣ ਨੂੰ ਪਰਖੀਏ ਨਿਰਖੀਏ ਤਾਂ ਇਹ ਗੱਲ ਮੋਟੇ ਤੌਰ ਤੇ ਸਾਹਮਣੇ ਆਈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਮੋਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਨਾਲ ਵੱਧ ਸਹਿਮਤ ਹਨ। 60.7% ਔਰਤਾਂ ਮਜ਼ਬੂਤੀ ਨਾਲ ਸਰਕਾਰ ਦੇ ਕਦਮਾਂ ਨਾਲ ਸਹਿਮਤ ਹਨ, ਜਦਕਿ ਮਰਦਾਂ ਦਾ ਅੰਕੜਾ 55.9% ਹੈ। ਸੋ ਇਸ ਸਰਵੇਖਣ ਦੌਰਾਨ ਇਹ ਗੱਲ ਵੀ ਮੋਟੇ ਤੌਰ ਤੇ ਉਭਰ ਕੇ ਸਾਹਮਣੇ ਆਈ ਕਿ ਮੋਦੀ ਸਰਕਾਰ ਨਾਲ ਸਹਿਮਤੀ ਪ੍ਰਗਟਾ ਰਿਹਾ ਅਪਰ ਕਾਸਟ ਹਿੰਦੂ ਵੱਧ ਹੈ, ਅਤੇ ਚੰਗੀ ਆਮਦਨ ਵਾਲਾ ਸਮੂਹ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਸਹਿਮਤ ਹੈ, ਜਦਕਿ ਸਿੱਖ ਅਤੇ ਮੁਸਲਿਮ ਅਤੇ ਘੱਟ ਆਮਦਨ ਵਾਲੇ ਸਮੂਹ ਸਰਕਾਰ ਪ੍ਰਤੀ ਉਸ ਤਰ੍ਹਾਂ ਦੀ ਭਰੋਸਗੀ ਦਾ ਆਲਮ ਨਹੀਂ ਰੱਖਦੇ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ up to 50 lakh ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ, ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।